ਬਾਈ ਇਹ ਤੁਸੀਂ ਹਿਮਾਚਲ ਦੇ ਡਰਾਈਵਰ ਹੋ, ਤੁਸੀਂ ਚੰਡੀਗੜ੍ਹ ਏਅਰਪੋਰਟ ਤੇ ਆਏ ਹੋ, ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਂਦੇ ਹੋ ਤੁਸੀਂ, ਤੁਹਾਨੂੰ ਕਦੇ ਪੰਜਾਬ ਵਿੱਚ ਗਾਲ ਕੱਢਦਾ, ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ? ਤਾਂ ਸਾਡੇ ਆਪਣੇ ਜਿਹੜੇ ਡਰਾਈਵਰ ਹਿਮਾਚਲ ਜਾਂਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ, ਸਾਡੇ ਬੰਦੇ ਨੂੰ ਉੱਥੇ ਕੁੱਟਮਾਰ ਕਾਹਤੇ ਕਰੀ ਜਾਂਦੀ ਹੈ? ਇਹ ਤਾਂ ਬਾਈ ਉਨਕੀ ਗਲਤ ਇਹ ਹੈ ਬਰੇ, ਅਸੀਂ ਨਾ ਹਫ਼ਤੇ ਦਾ ਟਾਈਮ ਦੇ ਰਹੇ ਹਾਂ, ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ, ਵਧੀਆ ਗੱਲ ਹੈ, ਕੰਮ ਕਰੋ, ਅਸੀਂ ਵੀ ਕੰਮ ਕਰਨਾ, ਤੁਸੀਂ ਵੀ ਕੰਮ ਕਰਨਾ, ਪਰ ਬਾਈ ਬੇਨਤੀ ਹੱਥ ਬੰਨ ਕੇ ਆਪਣੇ ਹੋਰ ਤੁਹਾਡੇ ਉੱਥੇ ਹਿਮਾਚਲ ਜਿਹੜੇ ਲੋਕਲ ਡਰਾਈਵਰ ਹੈ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ, ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰ ਦੇਣਾ ਉਰੇ ਚੰਡੀਗੜ੍ਹ ਏਅਰਪੋਰਟ ਤੋਂ, ਚਾਹੇ HP ਨੰਬਰ ਗੱਡੀ ਜਿੱਥੇ ਵੀ ਮਰਜ਼ੀ ਹੈ, ਉਨੇ ਦੀ ਹੈ, ਬਿਲਾਸਪੁਰ ਦੀ ਹੈ, ਮੀਰਪੁਰ ਦੀ, ਨਾਨ ਦੀ ਹੈ, ਜਾਂ ਮੰਡੀ ਦੀ ਹੈ, ਜਾਂ ਕੁੱਲੂ ਦੀ ਹੈ, ਜਾਂ ਕਿਤੇ ਦੀ ਵੀ ਹੈ, ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦੇਵਾਂਗੇ। ਬਾਕੀ ਮੈਸੇਜ ਫਾਰਵਰਡ ਕਰ ਦਿਓ, ਤੁਹਾਨੂੰ ਕਦੇ ਵੀ ਦਿੱਕਤ ਆਈ ਦੱਸ ਦਿਓ, ਤਾਂ ਸਾਡੇ ਬੰਦੇ ਨਾਲ ਕਿਉਂ ਕੋਈ ਦਿੱਕਤ ਨਹੀਂ ਆਈ? ਤਾਂ ਵੀਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਾਰੇ ਹਿਮਾਚਲ ਦੇ ਡਰਾਈਵਰਾਂ ਨੂੰ ਕਿ ਵੀਰੇ ਜਿਹੜੇ ਸਾਡੇ ਉੱਥੇ ਲੋਕਲ ਬੰਦੇ ਆ ਤਾਂ ਉਹਨੂੰ ਤੰਗ ਨਾ ਕਰੋ, ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਆ, ਠੀਕ ਆ ਬਾਈ? ਬਸ ਆਹ ਫਾਰਵਰਡ ਕਰ ਦਿਓ ਵੀਰੇ ਗਰੁੱਪਾਂ 'ਚ। ਸਤਿ ਸ੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਡਰਾਈਵਰਾਂ ਤੇ ਖਾਸ ਕਰਕੇ ਸਿੱਖ ਧਰਮ ਦੇ ਨਾਲ ਸੰਬੰਧਿਤ ਕਈ ਡਰਾਈਵਰਾਂ ਤੇ ਅਤੇ ਹੋਰ ਯਾਤਰੂਆਂ ਦੇ ਬਹੁਤ ਸਾਰੇ ਹਮਲੇ ਹੋਏ ਹਨ, ਤੇ ਇਸੇ ਹੀ ਲੜੀ ਦੇ ਤਹਿਤ ਇਸ ਬਾਰੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ, ਜਿਨ੍ਹਾਂ ਨੇ ਭਰੋਸਾ ਦਵਾਇਆ ਸੀ ਕਿ ਇਹ ਕਾਰਵਾਈ ਕੀਤੀ ਜਾਵੇਗੀ। ਪਰ ਉਸ ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਘਟਨਾ ਵੀ ਹੋਈਆਂ, ਇਹ ਵੀ ਪਤਾ ਲੱਗਿਆ ਕਿ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ, ਪਰ ਕਿਸੇ ਤੇ ਕਾਰਵਾਈ ਹੋਈ ਜਾਂ ਗ੍ਰਿਫਤਾਰੀ ਹੋਈ ਇਹ ਹਜੇ ਸਾਹਮਣੇ ਨਹੀਂ ਆਇਆ। ਉੱਥੇ ਹੀ ਇੱਕ ਨੌਜਵਾਨ ਵੱਲੋਂ ਚੰਡੀਗੜ੍ਹ ਏਅਰਪੋਰਟ ਤੇ ਹਿਮਾਚਲ ਦੇ ਕੁਝ ਡਰਾਈਵਰਾਂ ਨੂੰ ਰੋਕ ਕੇ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਰਾਜ ਦੇ ਵਿੱਚ ਜਾ ਕੇ ਇਹ ਗੱਲ ਫੈਲਾਓ, ਵਟਸਐਪ ਗਰੁੱਪਾਂ ਦੇ ਵਿੱਚ ਪਾਓ ਕਿ ਜੇਕਰ ਹੁਣ ਪੰਜਾਬੀਆਂ ਨੂੰ ਜਾਂ ਫਿਰ ਕਿਸੇ ਵੀ ਬਾਹਰਲੇ ਸਟੇਟ ਦੇ ਬੰਦੇ ਨੂੰ ਹਿਮਾਚਲ ਦੇ ਵਿੱਚ ਘੇਰ ਕੇ ਇਸ ਤਰ੍ਹਾਂ ਗੁੰਡਾਗਰਦੀ ਕੀਤੀ ਗਈ ਤਾਂ ਉਸਦਾ ਅੰਜਾਮ ਤੁਹਾਨੂੰ ਪੰਜਾਬ ਦੇ ਵਿੱਚ ਭੁਗਤਣਾ ਪਵੇਗਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਇਸ ਨੌਜਵਾਨ ਨੇ ਜੋ ਕੀਤਾ ਸਹੀ ਕੀਤਾ ਜਾਂ ਫਿਰ ਨਹੀਂ? ਯੈਸ ਜਾਂ ਨੋ ਜ਼ਰੂਰ ਟਾਈਪ ਕਰਕੇ ਆਪਣੇ ਵਿਚਾਰ ਦੱਸਣਾ। ਆਓ ਦੇਖੋ ਪੂਰੀ ਵੀਡੀਓ, ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਬਾਈ ਇਹ ਤੁਸੀਂ ਹਿਮਾਚਲ ਦੇ ਡਰਾਈਵਰ ਹੋ, ਤੁਸੀਂ ਚੰਡੀਗੜ੍ਹ ਏਅਰਪੋਰਟ ਤੇ ਆਏ ਹੋ, ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਂਦੇ ਹੋ ਤੁਸੀਂ, ਤੁਹਾਨੂੰ ਕਦੇ ਪੰਜਾਬ ਵਿੱਚ ਗਾਲ ਕੱਢਦਾ, ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ? ਤਾਂ ਸਾਡੇ ਆਪਣੇ ਜਿਹੜੇ ਡਰਾਈਵਰ ਹਿਮਾਚਲ ਜਾਂਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ, ਸਾਡੇ ਬੰਦੇ ਨੂੰ ਉੱਥੇ ਕੁੱਟਮਾਰ ਕਾਹਤੇ ਕਰੀ ਜਾਂਦੀ ਹੈ? ਇਹ ਤਾਂ ਬਾਈ ਉਨਕੀ ਗਲਤ ਇਹ ਹੈ ਬਰੇ, ਅਸੀਂ ਨਾ ਹਫ਼ਤੇ ਦਾ ਟਾਈਮ ਦੇ ਰਹੇ ਹਾਂ, ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ, ਵਧੀਆ ਗੱਲ ਹੈ, ਕੰਮ ਕਰੋ, ਅਸੀਂ ਵੀ ਕੰਮ ਕਰਨਾ, ਤੁਸੀਂ ਵੀ ਕੰਮ ਕਰਨਾ, ਪਰ ਬਾਈ ਬੇਨਤੀ ਹੱਥ ਬੰਨ ਕੇ ਆਪਣੇ ਹੋਰ ਤੁਹਾਡੇ ਉੱਥੇ ਹਿਮਾਚਲ ਜਿਹੜੇ ਲੋਕਲ ਡਰਾਈਵਰ ਹੈ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ, ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰ ਦੇਣਾ ਉਰੇ ਚੰਡੀਗੜ੍ਹ ਏਅਰਪੋਰਟ ਤੋਂ, ਚਾਹੇ HP ਨੰਬਰ ਗੱਡੀ ਜਿੱਥੇ ਵੀ ਮਰਜ਼ੀ ਹੈ, ਉਨੇ ਦੀ ਹੈ, ਬਿਲਾਸਪੁਰ ਦੀ ਹੈ, ਮੀਰਪੁਰ ਦੀ, ਨਾਨ ਦੀ ਹੈ, ਜਾਂ ਮੰਡੀ ਦੀ ਹੈ, ਜਾਂ ਕੁੱਲੂ ਦੀ ਹੈ, ਜਾਂ ਕਿਤੇ ਦੀ ਵੀ ਹੈ, ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦੇਵਾਂਗੇ। ਬਾਕੀ ਮੈਸੇਜ ਫਾਰਵਰਡ ਕਰ ਦਿਓ, ਤੁਹਾਨੂੰ ਕਦੇ ਵੀ ਦਿੱਕਤ ਆਈ ਦੱਸ ਦਿਓ, ਤਾਂ ਸਾਡੇ ਬੰਦੇ ਨਾਲ ਕਿਉਂ ਕੋਈ ਦਿੱਕਤ ਨਹੀਂ ਆਈ? ਤਾਂ ਵੀਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਾਰੇ ਹਿਮਾਚਲ ਦੇ ਡਰਾਈਵਰਾਂ ਨੂੰ ਕਿ ਵੀਰੇ ਜਿਹੜੇ ਸਾਡੇ ਉੱਥੇ ਲੋਕਲ ਬੰਦੇ ਆ ਤਾਂ ਉਹਨੂੰ ਤੰਗ ਨਾ ਕਰੋ, ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਆ, ਠੀਕ ਆ ਬਾਈ? ਬਸ ਆਹ ਫਾਰਵਰਡ ਕਰ ਦਿਓ ਵੀਰੇ ਗਰੁੱਪਾਂ 'ਚ।